ਇੱਥੇ ਆਪਣੀ ਲੜਾਈ ਲੜਨੀ ਨਹੀਂ ਆਉਂਦਾ। ਅੱਜ ਇਹ ਸਾਡੀ ਸਾਂਝੀ ਲੜਾਈ ਹੈ। ਸਾਡੇ ਨਾਲ ਜੋ ਇਹਨਾਂ ਅੱਤਿਆਚਾਰ ਕੀਤੇ ਹਨ, ਅੱਜ ਸਾਡੇ ਪੰਚਾਇਤਾਂ ਦੇ ਲੋਕ ਇਸੀ ਵਣ ਮੰਤਰੀ ਨੂੰ ਗਲਾਉਂਦੇ, ਇਸੀ ਗਲਾਉਂਦੇ ਕਟਾਉਣ ਮੰਤਰੀ। ਇਹਨਾਂ ਆਪਣੇ ਸਰਪੰਚ ਹੀ ਫਾਇਦਾ ਦੇਣ ਵਾਸਤੇ 9,80,000 ਰੁਪਏ ਦੀ ਬੋਲੀ ਲਵਾਈ ਔਰ ਜੰਗਲ ਵਢਾਈ ਤਾਂ ਕਰੋੜ ਰੁਪਏ ਦਾ, ਔਰ ਅਸੀਂ ਹਾਈ ਕੋਰਟ 'ਚ ਗਏ, ਹਾਈ ਕੋਰਟ 'ਚ ਸਟੇਅ ਲਿੱਤਾ, ਮਗਰ ਉਹ ਸਟੇਅ ਇੰਪਲੀਮੈਂਟ ਨਹੀਂ ਕੀਤਾ। ਸਟੇਅ ਜੱਜ ਨੇ ਨਹੀਂ ਹੁਣ ਕਰ ਇੰਪਲੀਮੈਂਟ ਕਰਨਾ, ਉਹ ਕਰਨਾ ਕੁੜਨਾ ਹਾਂ ਪ੍ਰਸ਼ਾਸਨ ਨੇ। ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਔਰ ਜੰਗਲ ਦੀ ਤਬਾਹੀ ਕਰੀਤੀ, ਕਰੋੜਾਂ ਰੁਪਏ ਲੁੱਟੀਆਂ ਲੈ ਕੇ। ਨਾਲੇ ਸਰਪੰਚ ਜਿਹੜੇ ਸਗੜੇ ਦੀ ਆਵਾਜ਼ ਨਹੀਂ ਰੱਖਦੇ, ਅੱਜ ਜੇ ਸੀ ਵਾ ਬੱਚੇ ਬੋਰਡਿੰਗ 'ਚ ਕਾਰਾਂ 'ਚ ਝੂਟਦੇ, ਜੇ ਮੈਂ 10,000 ਰੁਪਏ ਪਲਾਟ ਜੰਮੂ ਲਿੱਤਦਾ, ਕਠੂਆ ਲਿੱਤਦਾ, ਅੱਜ ਇਹਦੇ 'ਚ ਪੈਸੇ ਕਿਉਂ ਆਏ? ਅੱਜ ਨਾਲੇ ਜਿਹੜੇ ਜੇ ਸਰਪੰਚ ਨ ਜਾਓ ਖੈਰ ਕਿਉਂ ਆ ਬੇਟਾ ਦੇ, ਮੈਂ ਦਿੰਦਾ ਸਬੂਤ, ਕੁੱਦੇ ਕੁਸੀ ਦੇਣੇ ਨੇ। ਨਹੀਂ ਸੁਣਦਾ, ਨਹੀਂ ਸੁਣਦਾ, ਕੋਈ ਨਹੀਂ ਸੁਣਦਾ। ਅੱਜ ਕੀ ਕਰੀਏ? ਸ਼ਾਮ ਲਾਟਾਂ 'ਚ ਕਬਜੇ ਉਹ ਕਰੀਏ, ਮਾਫੂ 'ਚ ਕਾਜ ਚਲਾਈ ਜਾ, ਖੈਰ ਉਹ ਵੰਡੀਏ। ਮੇਰਾ ਨਾਮ ਕੀ ਪਤਾ ਅੱਜ ਪਰਚਾ ਲੱਗਣਾ? ਮੈਂ ਤਿਆਰ ਹਾਂ, ਮੈਂ ਗ੍ਰਿਫਤਾਰੀ ਵਾਸਤੇ ਤਿਆਰ ਹਾਂ। ਜਬ ਤੱਕ ਮੇਰੇ ਮੇਂ ਸਾਹਸ ਹੈ ਮੈਂ ਲੜਦਾ ਰਹੂੰਗਾ, ਔਰ ਮਰਨੇ ਕੇ ਲਈ ਵੀ ਤਿਆਰ ਹੂੰ। ਮੇਰਾ ਮਗਰ ਪੁਲਿਸ ਵੀ ਲਾਈ, ਮੈਂ ਉਹ ਵੀ ਤਿਆਰ ਹਾਂ। ਮੈਂ ਇਸ ਚੀਜ਼ਾਂ ਨਹੀਂ ਕਰਵਾਉਣਾ। ਮਲਿਕ ਨੇ ਕਟਾਣ ਮੰਤਰੀ ਕੀ ਤਾਕਤ ਕੁ ਆਈ? ਮੈਂ ਇਸ ਚੀਜ਼ ਦਾ ਵੀ ਜਵਾਬ ਤੁਸੀਂ ਲੋਕਾਂ ਪੁੱਛਿਆ ਨਾ, ਇਹ ਤਾਕਤ ਅਸੀਂ ਦਿੱਤੀ, ਔਰ ਅਸੀਂ ਇਹ ਤਾਕਤ ਵਾਪਸ ਲੈਣੀ ਹੈ, ਇਹ ਤਾਕਤ ਅਸੀਂ ਵਾਪਸ ਲੈਣੀ ਹੈ, ਔਰ ਇਹਦੀ ਆਵਾਜ਼ ਉੱਤੇ ਪੁਜਾਣੀ ਹੈ ਜਿਹੜੀ ਪਹਿਲਾਂ ਹੀ ਗੁੰਡਾਗਰਦੀ ਨਹੀਂ ਚਲੇਗੀ, ਗੁੰਡਾਗਰਦੀ ਨਹੀਂ ਚਲੇਗੀ, ਗੁੰਡਾਗਰਦੀ ਨਹੀਂ ਚਲੇਗੀ, ਤਾਨਾਸ਼ਾਹੀ ਨਹੀਂ ਚਲੇਗੀ, ਤਾਨਾਸ਼ਾਹੀ ਨਹੀਂ ਚਲੇਗੀ। ਕਟਾਣ ਮੰਤਰੀ ਲਾਲ ਸਿੰਘ ਮੁਰਦਾਬਾਦ, ਕਟਾਣ ਮੰਤਰੀ ਲਾਲ ਸਿੰਘ ਮੁਰਦਾਬਾਦ, ਕਟਾਣ ਮੰਤਰੀ ਲਾਲ ਸਿੰਘ ਮੁਰਦਾਬਾਦ।